ਗੱਡੀ ਚੌੜੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅੱਜ ਤਰਨ ਤਾਰਨ ਸਾਹਿਬ ਵਿਖੇ, ਜੋ ਕਿ 300 ਸਾਲ ਪੁਰਾਣੀ ਦਰਸ਼ਨੀ ਡਿਉੜੀ ਇਹਨਾਂ ਬਾਬਿਆਂ ਨੇ ਰਾਤ ਕਰੀਬ 12 ਵਜੇ ਢਵਾ ਦਿੱਤੀ ਸੀਗੀ, ਔਰ ਸ਼੍ਰੀ ਪੰਜਾਬ ਜਸਾ ਸਿੰਘ ਆਹਲੂਵਾਲੀਆ ਵੱਲੋਂ ਇਹ ਦਰਸ਼ਨੀ ਡਿਉੜੀ ਤਕਰੀਬਨ 300 ਸਾਲ ਪਹਿਲਾਂ ਬਣਾਈ ਗਈ ਸੀ, ਜੋ ਕਿ ਇਹਨਾਂ ਸਾਣ ਬਾਬਿਆਂ ਨੇ ਰਾਤ ਮਿਲ ਕੇ ਸਾਰਿਆਂ ਨੇ ਸਿੰਘਾਂ ਦੇ ਰੋਕਣ ਦੇ ਬਾਵਜੂਦ ਵੀ ਇਹ ਢਾ ਦਿੱਤੀ ਹੈ। ਇਹ ਤੁਸੀਂ ਵੇਖ ਸਕਦੇ ਹੋ ਦਰਸ਼ਨੀ ਡਿਉੜੀ ਤਰਨ ਤਾਰਨ ਸਾਹਿਬ, ਇਹਨਾਂ ਨੇ ਸਾਰੀ ਢਾ ਦਿੱਤੀ ਹੈ ਜੀ। ਤੁਹਾਡਾ 300 ਸਾਲ ਪੁਰਾਣਾ ਇਤਿਹਾਸ ਇਹਨਾਂ ਨੇ ਇੱਕ ਘੰਟੇ 'ਚ ਮਲੀਆ ਮੇਟ ਕਰਕੇ ਰੱਖ ਦਿੱਤਾ ਜੀ। ਕਾਰ ਸੇਵਾ ਵਾਲਿਆਂ ਦੀਆਂ ਕਰਤੂਤਾਂ ਤੁਹਾਨੂੰ ਸਾਰੀ ਉੱਪਰ ਤੱਕ ਵਿਖਾਉਂਦੇ ਹਾਂ ਜੀ। ਕਾਰ ਸੇਵਾ ਵਾਲੇ ਬਾਬਿਆਂ ਨੇ ਦਰਸ਼ਨੀ ਡਿਉੜੀ ਢਾ ਦਿੱਤੀ ਹੈ ਜੀ, ਜੋ ਕਿ 300 ਸਾਲ ਪਹਿਲਾਂ ਸ਼ੇਰੇ ਪੰਜਾਬ ਜੱਸਾ ਸਿੰਘ ਆਹਲੂਵਾਲੀਆ ਇਹ ਮਿਸਲਾਂ ਨੇ ਬਣਾਈ ਸੀ। ਇੱਥੋਂ ਐਂਟਰੀ ਹੈ ਜੀ ਇਹਦੀ, ਇਹ ਪੌੜੀਆਂ ਤਾਂ ਨੂੰ ਚੜ੍ਹਦੀਆਂ ਨੇ, ਅੱਧਿਓਂ ਜ਼ਿਆਦਾ ਇਹਨਾਂ ਨੇ ਢਾ ਦਿੱਤੀ ਹੈ ਜੀ। ਆ ਵੇਖੋ ਸੰਗਤ ਜੀ, ਕਾਰ ਸੇਵਾ ਦੇ ਨਾਂ 'ਤੇ ਇਤਿਹਾਸਿਕ ਇਮਾਰਤਾਂ ਤਰਨ ਤਾਰਨ ਸਾਹਿਬ ਦਰਸ਼ਨੀ ਡਿਉੜੀ ਇਹਨਾਂ ਨੇ ਢਾ ਦਿੱਤੀ ਹੈ ਜੀ। ਜੋ ਕਿ ਸ਼ੇਰੇ ਪੰਜਾਬ ਜਾਂ ਜੱਸਾ ਸਿੰਘ ਆਹਲੂਵਾਲੀਆ ਤਿੰਨਾਂ ਵੱਲੋਂ 300 ਸਾਲ ਪੁਰਾਣੀ ਉਹਨਾਂ ਵੱਲੋਂ ਉਸਾਰੀ ਗਈ ਸੀ, ਇਹਨਾਂ ਬਾਬਿਆਂ ਨੇ ਰਾਤ 12 ਵਜੇ ਮਿਲ ਕੇ ਢਾ ਦਿੱਤੀ ਸੀ। ਕੁਝ ਸਿੰਘਾਂ ਦੇ ਨਾਲ ਇਹਨਾਂ ਨੇ ਧੱਕਾ ਵੀ ਕੀਤਾ, ਜਿਨ੍ਹਾਂ 'ਚੋਂ ਕੁਛ 2-4 ਸਿੰਘ ਹਸਪਤਾਲ ਵੀ ਨੇ, ਰੋਕਣ ਦੇ ਬਾਵਜੂਦ ਵੀ ਇਹਨਾਂ ਨੇ ਬਦਮਾਸ਼ੀ ਕਰਕੇ ਇਹ ਦਰਸ਼ਨੀ ਡਿਉੜੀ ਇਹਨਾਂ ਨੇ ਢਾ ਦਿੱਤੀ ਹੈ ਜੀ। ਤਿੰਨ ਸੌ ਸਾਲ ਪੁਰਾਣਾ ਇਤਿਹਾਸ ਸਾਡਾ ਮਲੀਆ ਮੇਟ ਹੁੰਦਾ, ਕਾਰ ਸੇਵਾ ਦੇ ਨਾਮ ਹੇਠ ਬਾਬਿਆਂ ਵੱਲੋਂ ਰਾਤ 12 ਵਜੇ ਇਹਨਾਂ ਨੇ ਮਿਲ ਕੇ ਇੱਕ ਚੋਰਾਂ ਦੀ ਤਰ੍ਹਾਂ ਵੜ ਕੇ ਇਹ ਦਰਸ਼ਨੀ ਡਿਉੜੀ ਸਾਡੀ ਇਹਨਾਂ ਨੇ ਢਾ ਦਿੱਤੀ ਹੈ ਜੀ। ਆਹ ਵੇਖੋ ਜੀ, ਅੱਧਿਓਂ ਜ਼ਿਆਦਾ ਇਹਦਾ ਹਾਰ ਬੁਲਾ ਬੁਰਾ ਹਾਲ ਕਰ ਦਿੱਤਾ ਜੀ। ਧਿਆਨ ਥੱਲੇ ਪਲੇਟਾਂ ਵੇਖੋ ਦੋਏ ਪਲੇਟਾਂ।
ਪਿੱਛੋਂ ਇਹਨਾਂ ਨੇ ਇਥੋਂ ਥੱਲਿਓ ਕੱਚਾ ਕਰਕੇ ਕਿਹੜਾ ਬਾਬਾ ਇਹੋ ਜਿਹੀਆਂ ਪਲੇਟਾਂ ਪਾਊਗਾ ਜੀ ਆ ਇਥੋਂ ਥੱਲਿਓ ਇਹਨਾਂ ਨੇ ਮਾਰ ਮਾਰ ਕੇ ਇਥੋਂ ਕੱਚਾ ਕਰਕੇ ਰੱਸਾ ਪਾ ਕੇ ਉਥੋਂ ਫੇਰ ਇਹਨਾਂ ਨੂੰ ਸੁੱਟਿਆ ਗਿਆ ਸਾਰੇ ਇਧਰ ਵੀ ਰੱਸਾ ਪਾਇਆ ਨਾ ਹਾਂਜੀ ਰੱਸੇ ਪਾ ਕੇ ਥੱਲੇ ਸੁੱਟੇ ਜੀ ਸਾਰੇ ਜੇ ਤੁਹਾਨੂੰ ਸਾਰੀਆਂ ਵੀਡੀਓ ਸਾਡੇ ਕੋਲ ਹੈਗੀਆਂ ਤੁਹਾਨੂੰ ਸਾਰੀਆਂ ਦੱਸਦੇ ਜੀ ਅੱਜ ਅਸੀਂ ਤੁਹਾਨੂੰ ਸਿੱਖ ਸੰਗਤਾਂ ਦੇ ਸਾਹਮਣੇ ਇੱਕ ਸੱਚ ਸਾਹਮਣੇ ਰੱਖ ਰਹੇ ਹਾਂ ਜਿਹੜਾ ਰਾਤ ਦਾ ਤਕਰੀਬਨ ਸੋਸ਼ਲ ਮੀਡੀਆ 'ਤੇ ਘੁੰਮ ਰਿਹਾ। ਆਹ ਜਿਹੜੀ ਦਰਸ਼ਨੀ ਡੋੜੀ 'ਤੇ ਅਸੀਂ ਖੜ੍ਹੇ ਹਾਂ, ਸ਼ੇਰੇ ਪੰਜਾਬ ਕਵਰ ਨੌ ਨਿਹਾਲ ਸਿੰਘ ਜਾਂ ਮਿਸਲਾਂ ਬਾਬਾ ਜੱਸਾ ਸਿੰਘ ਰਾਮਗੜ੍ਹੀਆਂ ਵੱਲੋਂ ਤਰਨ ਤਾਰਨ ਸਾਹਿਬ ਦੀਆਂ ਪਰਿਕਰਮਾ ਦੀ ਇੱਥੇ ਇੱਕ ਮਨਾਰ ਬਣਿਆ ਹੋਇਆ, ਔਰ ਆਹ ਜਿਹੜੀ ਦਰਸ਼ਨੀ ਡੋੜੀ ਆ 250 ਸਾਲ ਕਰੀਬਨ ਪੁਰਾਣੀ ਸਾਡੀ ਵਿਰਾਸਤ, ਜਿਹੜੀ ਬਾਦਲਾਂ ਦੀ ਕੱਠ ਪੁਤਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦਾ ਪ੍ਰਧਾਨ ਸੌਦੇ ਸਾਧਾਂ ਦਾ ਚੇਲਾ ਲੌਂਗੋਵਾਲ ਔਰ ਉਦੋਂ ਬਾਅਦ ਨਰੈਣੂ ਸੋਚ ਦੇ ਧਾਰਨੀਕਾਰ ਸੇਵਾ ਵਾਲੇ ਬਾਬੇ ਜਗਤਾਰ ਸਿੰਘ ਹੋਣੀ, ਅਤੇ ਇੱਥੋਂ ਦਾ ਮੈਂਜਰ ਉਹਦਾ ਕੀ ਨਾਂ ਸੀ? ਇੱਥੋਂ ਦਾ ਮੈਂਜਰ ਪ੍ਰਤਾਪ ਸਿੰਘ, ਜਿਹਨੂੰ 2-4 ਦਿਨ ਤੁਹਾਡੀਆਂ ਅੱਖਾਂ ਪੂੰਝਣ ਲਈ ਕੇਬਲ ਸਸਪੈਂਡ ਕੀਤਾ ਗਿਆ। ਅਤੇ ਮੈਂ ਦਾਅਵੇ ਨਾਲ ਕਹਿੰਦਾ ਸ਼੍ਰੋਮਣੀ ਕਮੇਟੀ 'ਚ ਜਿੱਡਾ ਵੱਡਾ ਚੋਰ ਹੁੰਦਾ ਉੱਡਾ ਵੱਡਾ ਉਹਨੂੰ ਅਹੁਦਾ ਮਿਲਦਾ, ਆਉਣ ਵਾਲੇ ਦਿਨਾਂ 'ਚ ਇਹਨੂੰ ਅਹੁਦਾ ਮਿਲ ਜਾਣਾ ਜੀ। ਪ੍ਰਤਾਪ ਸਿੰਘ ਮੈਂਜਰ, ਇਹਨਾਂ ਸਾਰਿਆਂ ਦੀ ਮਿਲੀ ਭੁਗਤ ਦੇ ਨਾਲ ਰਾਤ ਨੂੰ 500-700 ਬੰਦਾ ਲਿਆਂਦਾ ਗਿਆ, ਜਿਨ੍ਹਾਂ ਦੇ ਹੱਥਾਂ 'ਚ ਗਡਾਸੇ ਬੰਦੂਕਾਂ ਅਤੇ ਆ ਤੋੜਨ ਵਾਲੇ ਹਥਿਆਰ ਇਮਾਰਤ ਨੂੰ 250 ਸਾਲ ਪੁਰਾਣੀ ਇਮਾਰਤ ਨੂੰ ਤੋੜਨ ਲਈ ਇਵੇਂ ਰਾਤੀ ਹੱਲਾ ਕਰਕੇ ਆਏ ਜਿਵੇਂ ਕਿਤੇ ਇਹਨਾਂ ਨੇ ਮੁਲਤਾਨ 'ਤੇ ਕਬਜ਼ਾ ਕਰਨ ਜਾਣਾ ਹੋਵੇ। ਵੀ ਗੁਰੂ ਘਰਾਂ ਦੀ ਜਦੋਂ ਬਾਕੀ ਤੁਸੀਂ ਸੇਵਾ ਕਰਦੇ ਹੋ, ਸੰਗਤਾਂ ਨੂੰ ਤੁਸੀਂ ਬੋਰਡ ਲਾ ਲਾ ਕੇ ਇਕੱਠੇ ਕਰਦੇ ਹੋ, ਹੋਕਾ ਦੇਣੇ ਹੋ ਅੱਜ ਲੈਂਟਰ ਪੈਣਾ ਅੱਜ ਨਹੀਂ ਰੱਖਣੀ ਆ, ਪਰ ਜਦੋਂ ਸਾਡੀਆਂ ਵਿਰਾਸਤਾਂ ਤੋੜੀਆਂ ਜਾਣੀਆਂ ਹੋਣ ਉਦੋਂ ਇਹ ਬਿਨਾਂ ਆਗਿਆ ਤੋਂ ਰਾਤ ਨੂੰ ਹਨੇਰੇ 'ਚ ਬੱਤੀਆਂ ਬੰਦ ਕਰਕੇ ਤੋੜਦੇ ਨੇ ਜੀ। ਇੱਥੇ 3 ਡਿਉੜੀਆਂ ਹੋਰ ਬਣੀਆਂ, ਪਰ ਇਸੇ ਡਿਉੜੀ 'ਤੇ ਨਿਸ਼ਾਨਾ ਕਿਉਂ? ਕਿਉਂਕਿ ਇਹ ਸਿੱਖਾਂ ਦੀ ਵਿਰਾਸਤ ਹੈ। ਇਹਨਾਂ ਦਾ ਕੋਈ ਚੋਰ ਸਾਧ ਬਣਿਆ ਬਾਬਾ ਮਰ ਜਾਏ ਅਤੇ ਉਹਦਾ ਅੰਗੀਠਾ ਸਾਹਿਬ ਕਈ 100 ਸਾਲ ਤੱਕ ਉਹਨੂੰ ਹਿਲਾ ਨਹੀਂ ਤੁਸੀਂ ਸਕਦੇ, ਪਰ ਸਾਡੀਆਂ ਵਿਰਾਸਤਾਂ ਨੂੰ ਇੱਥੋਂ ਕਿਉਂ ਖਸਤਾ ਕਹਿ ਕੇ ਤੋੜਿਆ ਭੰਨਿਆ ਜਾ ਰਿਹਾ? ਕਰੀਬਨ ਕਈ ਪਿਛਲੇ 50 ਸਾਲਾਂ ਤੋਂ ਇਹਨਾਂ ਦੇ ਵੀਰਾਂ ਦੇ ਦੱਸਣ ਮੁਤਾਬਕ ਰਾਤ ਇੱਥੇ ਜਿਹੜੇ ਵੀਰ ਆਏ, ਆ ਗਤਕੇ ਵਾਲੇ ਵੀਰ ਨਿਰਵੈਰ ਖਾਲਸਾ ਵੀਰ ਖਾਲਸਾ ਵੀਰ ਖਾਲਸਾ ਵਾਲੇ ਵੀਰ, ਇਹਨਾਂ ਵੀਰਾਂ ਨੇ ਰਾਤ ਪਹਿਰੇਦਾਰੀ ਕੀਤੀ। ਜਦੋਂ ਟੁੱਟ ਭੱਜ ਦੀ ਆਵਾਜ਼ ਆਈ ਇਹ ਸਾਰੇ ਇਕੱਠੇ ਨਿਕਲ ਕੇ ਆਏ, ਔਰ 2 ਵੀਰਾਂ ਨੂੰ ਸੱਟਾਂ ਲਾਈਆਂ ਗਈਆਂ ਜਿਹਨਾਂ ਨੂੰ ਇਹਨਾਂ ਨੇ ਬਾਅਦ 'ਚ ਉਹਨਾਂ ਦੀ ਮਲਮ ਪੱਟੀ ਕਰਾਈ। ਪੂਰੀ ਬਦਮਾਸ਼ੀ ਕੀਤੀ ਗਈ ਜੀ, ਜਿਵੇਂ ਨਰੈਣੂ ਮਹੰਤਾ ਨੇ ਇੱਥੇ ਭਾਈ ਹਾਕਮ ਸਿੰਘ ਵਰਗੇ, ਭਾਈ ਹਜ਼ਾਰਾ ਸਿੰਘ ਵਰਗਿਆਂ ਨੂੰ ਮਹਾਰਾਜ ਦੀ ਹਜ਼ੂਰੀ 'ਚ ਵੱਢਿਆ, ਉਵੇਂ ਹੀ ਇਹਨਾਂ ਨੇ ਇੱਥੇ ਉਹ ਮਹੰਤਾਂ ਵਾਲੀਆਂ ਕਰਤੂਤਾਂ ਰਾਤੀ ਕੀਤੀਆਂ ਇਹਨਾਂ ਵੱਲ। ਤੁਸੀਂ ਕਹੀ ਜਾਂਦੇ ਹੋ ਕਾਰ ਸੇਵਾ ਵਾਲੇ ਬਾਬੇ, ਆ ਤੁਹਾਡੇ ਸਾਹਮਣੇ ਮਾਰ ਸੇਵਾ ਸ਼ੁਰੂ ਹੋਈ ਹੋਈ, ਕਦੇ ਦਰਸ਼ਨੀ ਡੋੜੀ ਦੇ ਦਰਵਾਜ਼ੇ ਗਏ ਜਿਨ੍ਹਾਂ ਲਈ ਕੱਲ੍ਹ ਅਸੀਂ ਉੱਥੇ ਮੋਰਚੇ ਦੀ ਗੱਲ ਕਰਕੇ ਆਏ, ਲਾ ਕੇ ਉਹਨਾਂ ਨੂੰ ਵੀ ਇੰਨਾ ਖਸਤਾ ਕਹਿ ਕੇ ਇੱਕ ਸਾਈਡ 'ਤੇ ਕਰ ਦਿੱਤੇ, ਕਦੇ ਚਮਕੌਰ ਦੀ ਗੜੀ, ਕਦੇ ਠੰਡਾ ਬੁਰਜ, ਕਦੇ ਬੇਬੇ ਨਾਨਕੀ ਦਾ ਘਰ, ਜਿੰਨੀਆਂ ਪੁਰਾਣੀਆਂ ਚੀਜ਼ਾਂ ਨੇ ਇਹ ਸਰਕਾਰੀ ਬਾਬੇ ਜਿਹੜੇ ਇੱਕ ਇੱਕ ਕਰਕੇ ਖਤਮ ਕਰ ਰਹੇ ਨੇ। ਆਹ ਦਰਸ਼ਨੀ ਡਿਉੜੀ 'ਤੇ ਅੱਜ ਅਸੀਂ ਖੜ੍ਹੇ, ਤੁਹਾਨੂੰ ਸਾਰੀ ਉਹ ਵੀਡੀਓ ਸੰਗਤਾਂ ਦੇ ਸਾਹਮਣੇ ਰੱਖਾਂਗੇ ਜਿਹਦੇ ਵਿੱਚ ਕਿਤੇ ਵੀ ਇਹ ਖਸਤਾ ਨਹੀਂ। ਇੱਕ ਇੱਕ ਚੀਜ਼ ਇਹਦੀ ਬੜੀ ਕੀਮਤੀ, ਬੜੀ ਮਜ਼ਬੂਤ, ਜਿਹੜੀ ਹਜ਼ਾਰਾਂ ਸਾਲ ਤੱਕ ਕਿਤੇ ਜਾਣ ਵਾਲੀ ਨਹੀਂ। ਇੱਥੇ ਖਲੋ ਕੇ ਅੱਜ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ। ਸਿੱਖ ਸਦਭਾਵਨਾ ਦਲ ਵੱਲੋਂ ਸਮੁੱਚੀ ਸੰਗਤ ਨੂੰ ਬੇਨਤੀ ਕਰਦਾ ਹੈ, ਜੇ ਸੌਦੇ ਸਾਧਾਂ ਦਾ ਚੇਲਾ ਲੌਂਗੋਵਾਲ, ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਇਹ ਕਾਰ ਸੇਵਾ ਵਾਲੇ ਬਾਬੇ ਜਿਹੜੇ ਅੱਜ ਨਰੈਣੂ ਕੋੜਮੇ ਦੀ ਬਲੀ ਚੜ੍ਹ ਕੇ ਸਾਡੇ ਗੁਰੂ ਧਾਮਾਂ ਦੀਆਂ ਵਿਰਾਸਤਾਂ ਇਹਨਾਂ ਨੂੰ ਤਹਿਸ਼ ਨਹਿਸ਼ ਕਰ ਲਈ ਤੁਲੇ ਹੋਏ ਨੇ,
ਇਹਨਾਂ ਦੇ ਧਿਆਨ 'ਚ ਇਹਨਾਂ ਨੂੰ ਸੁਚੇਤ ਕਰਦਾ ਹੈ ਕਿ ਆਪਣੀਆਂ ਇਸ ਘਟੀਆਂ ਹਰਕਤਾਂ ਨੂੰ ਇੱਥੇ ਰੋਕ ਲਓ। ਸਾਡੀ ਮਜਬੂਰੀ ਹੋਊਗੀ ਸਿੱਖ ਸਦਭਾਵਨਾ ਦਲ ਦੀ ਕਿ ਬਾਅਦ ਵਿੱਚ ਸਖ਼ਤ ਕਦਮ ਚੁੱਕਣੇ, ਤੁਹਾਡੇ ਤੋਂ ਇਹ ਨਹੀਂ ਸਾਂਭੀਆਂ ਜਾਂਦੀਆਂ। ਆਹ ਦਰਸ਼ਨੀ ਡਿਉੜੀ ਦੀ ਸੇਵਾ ਸਾਨੂੰ ਦਿਓ, ਅਸੀਂ ਹੂ ਬਹੂ ਉਵੇਂ ਹੀ ਕਰਕੇ ਦਿਆਂਗੇ। ਇਹ ਅੱਜ ਅਸੀਂ ਸਾਰੀ ਸੰਗਤ ਦੇ ਸਹਿਯੋਗ ਨਾਲ ਇੱਥੋਂ ਗੁਰੂ ਘਰ 'ਚੋਂ ਮੈਂ ਬੇਨਤੀ ਕਰ ਰਿਹਾ ਸਾਰਿਆਂ ਨੂੰ, ਅਸੀਂ ਇਹਨੂੰ ਕਰਕੇ ਦਿਆਂਗੇ। ਅਗਰ ਤੁਸੀਂ ਹੂ ਬਹੂ ਇਹਨੂੰ ਨਾ ਬਣਾਇਆ, ਜੋ ਜੋ ਇੱਥੋਂ ਟੁੱਟਾ ਹੈ ਇਹ ਵੀਰ ਖਾਲਸਾ ਵਾਲੇ ਵੀਰ ਜਾਂ ਹੋਰ ਇੱਥੋਂ ਦੀਆਂ ਸਿੱਖ ਸੰਗਤਾਂ ਜਾਣਦੀਆਂ ਨੇ, ਜਿਹੜੀ ਜਿਹੜੀ ਚੀਜ਼ ਇੱਥੋਂ ਤੋੜੀ ਗਈ ਆ ਉਵੇਂ ਹੀ ਉਹਨੂੰ ਬਣਾਈ ਜਾਵੇ। ਅਗਰ ਇਹਨਾਂ ਨੇ ਇਹਦੇ ਵਿੱਚ ਕੋਈ ਸਾਡੀ ਅਮਾਨਤ ਵਿੱਚ ਖਿਆਨਤ ਕੀਤੀ ਤਾਂ ਫਿਰ ਸਾਡੀ ਮਜਬੂਰੀ ਹੋਊਗੀ ਕਿ ਅਸੀਂ ਇਹਨਾਂ ਲਈ ਸਖ਼ਤ ਕਦਮ ਚੁੱਕਣੇ। ਫਿਰ ਨਾ ਕੱਲ੍ਹ ਨੂੰ ਸਾਨੂੰ ਕਹਿਣਾ ਜੀ ਇਹ ਵਿਰੋਧ ਕਰਦੇ ਨੇ ਜੀ, ਇਹ ਸਾਨੂੰ ਕੰਮ ਨਹੀਂ ਕਰਨ ਦਿੰਦੇ ਜੀ, ਇਹ ਕਾਂਗਰਸੀਏ ਨੇ ਜੀ, ਇਹ ਫਲਾਣੇ ਨੇ ਜੀ, ਧਿਮਕੜੇ ਨੇ ਜੀ, ਸਾਡੇ 'ਤੇ ਇੱਦਾਂ ਦੇ ਲੇਵਲ ਲਾਉਂਦੇ। ਅਤੇ ਬੇਨਤੀ ਕਰਦਾ ਕਿ ਆਹ 250 ਸਾਲ ਪੁਰਾਣੀ ਇਮਾਰਤ ਅਸੀਂ ਕਿਸੇ ਬਾਬੇ ਨੂੰ ਤੋੜਨ ਨਹੀਂ ਦੇ ਜਾਣੀ। ਜਿਨ੍ਹਾਂ ਲੋਕਾਂ ਨੇ ਰਾਤੀਂ ਘਟੀਆ ਹਰਕਤਾਂ ਕਰਕੇ ਬਾਬਿਆਂ ਦੇ ਰੂਪ ਵਿੱਚ ਬਦਮਾਸ਼ਾਂ ਵਾਲਾ ਕੰਮ ਕੀਤਾ ਹੈ, ਇਹਨਾਂ ਨੂੰ ਅਸੀਂ ਕਾਨੂੰਨੀ ਤੌਰ 'ਤੇ ਵੀ ਰੋਕਾਂਗੇ। ਸੰਗਤਾਂ ਨੂੰ ਸੁਚੇਤ ਕਰਦੇ ਹਾਂ, ਆਹ ਇਮਾਰਤ ਅਗਰ ਇਹ ਸ਼੍ਰੋਮਣੀ ਕਮੇਟੀ ਨੇ ਨਾ ਹੂ ਬਹੂ ਉਵੇਂ ਹੀ ਬਣਾਈ ਅਤੇ ਫਿਰ ਸਾਡੀ ਮਜਬੂਰੀ ਹੋਊਗੀ, ਅਸੀਂ ਕਾਨੂੰਨ ਤੌਰ 'ਤੇ ਇਹ ਸੇਵਾ ਆਪ ਲੈ ਕੇ ਅਸੀਂ ਆਪ ਕਰਾਂਗੇ। ਇਹਨਾਂ ਇਮਾਰਤਾਂ ਵਿੱਚ ਕੋਈ ਕਮੀ ਨਹੀਂ, ਆ ਜੋ ਵੀ ਇੱਥੇ ਮਾੜਾ ਮੋਟਾ ਤੋੜ ਭੰਨ ਹੋਈ ਆ ਜਾਂ ਉੱਪਰ ਵਾਲਾ ਇਹਨਾਂ ਨੁਕਸਾਨ ਆ ਆਹ ਗੁੰਬਦ ਰਾਤੀ ਇਹਨਾਂ ਤੋੜੇ ਜੀ, ਰਾਤ ਸਾਰਾ ਇਹਨਾਂ ਨੇ ਸਾਜੋ ਸਮਾਨ ਲਿਆ ਕੇ। ਅਤੇ ਬੇਨਤੀ ਕਰਦਾ ਕਿ ਆਉਣ ਵਾਲੇ ਸਮੇਂ 'ਚ ਸਿੱਖ ਸੰਗਤਾਂ ਜਿਹੜੀਆਂ ਡਟ ਕੇ ਪਹਿਰਾ ਦੇਣ, ਇਕੱਲੇ ਵੀਰ ਖਾਲਸਾ ਵਾਲੇ ਇਹਨਾਂ ਵੀਰਾਂ ਦਾ ਜਾਂ ਸਿੱਖ ਸਦਭਾਵਨਾ ਦਲ, ਅਸੀਂ ਇਹ ਨਾ ਕਹੋ ਵੀ ਤੁਸੀਂ ਇਹਨਾਂ ਇਕੱਲਿਆਂ ਦਾ ਫਰਜ਼ ਬਣਦਾ, ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਪਰ ਅਸੀਂ ਜਿੰਨੇ ਜੋਗੇ ਹੈਗੇ ਹਾਂ ਅਸੀਂ ਇੱਥੇ ਡਟੇ ਹਾਂ, ਡਟੇ ਸੀ ਅਤੇ ਡਟੇ ਰਵਾਂਗੇ। ਬੇਨਤੀ ਕਰਦੇ ਹਾਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਸਾਥ ਦਿਓ, ਆਉਣ ਵਾਲੀਆਂ ਇਮਾਰਤਾਂ ਵਿਰਾਸਤਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਵਰੂਪ ਰੋਲਿਆ, ਜੇ ਕਿਤੇ ਆਪਾਂ ਉਹ ਸਾਰੀਆਂ ਗੱਲਾਂ ਦੇ ਮਸਲੇ ਹੱਲ ਕਰਦੇ ਨੇ। ਅਤੇ ਕਾਰ ਸੇਵਾ ਅਤੇ ਮਾਰ ਸੇਵਾ ਕਰਨ ਵਾਲੇ ਇਹਨਾਂ ਬਾਬਿਆਂ ਤੋਂ, ਬਾਦਲ ਦਲੀਆਂ ਦੇ ਹੱਥੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਕਰਾ ਦਿਓ ਤਾਂ ਜਾ ਕੇ ਇਹਨਾਂ ਨੂੰ ਇਹ ਬ੍ਰੇਕ ਲੱਗਣੀ ਹੈ। ਅੱਜ ਇਹ ਸਾਰੇ ਬੜੇ ਬਿਆਨ ਦੇਣਗੇ ਜੀ, ਸ਼੍ਰੋਮਣੀ ਕਮੇਟੀ ਦਾ ਸਕੱਤਰ ਪ੍ਰਧਾਨ ਇੱਥੋਂ ਦਾ ਮੈਨੇਜਰ ਜੀ ਸਾਨੂੰ ਪਤਾ ਨਹੀਂ, ਜੇ ਤੁਸੀਂ ਪ੍ਰਬੰਧ ਹੀ ਨਹੀਂ ਸੰਭਾਲ ਸਕਦੇ ਤਾਂ ਫਿਰ ਉੱਥੇ ਤੁਸੀਂ ਕਰਦੇ ਵੀ ਕੀ ਹੋ। ਇਸ ਲਈ ਇਹ ਗੁਰੂ ਧਾਮ ਇਹਨਾਂ ਤੋਂ ਆਜ਼ਾਦ ਕਰਾਉਣ ਦੀ ਲੋੜ ਹੈ। ਜਿੰਨਾ ਚਿਰ ਸਿਆਸੀ ਅਤੇ ਸ਼ਰਾਬੀ ਬੰਦੇ ਗੁਰਦੁਆਰਿਆਂ ਦੀਆਂ ਚਾਬੀਆਂ ਅਤੇ ਪ੍ਰਬੰਧ ਕੋਲ ਰੱਖਣਗੇ, ਧੰਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰੁਲਣਗੇ, ਇਮਾਰਤਾਂ ਟੱਟਣਗੀਆਂ, ਵਿਰਾਸਤਾਂ ਜਿਹੜੀਆਂ ਖਤਮ ਹੋਣਗੀਆਂ, ਅਤੇ ਸਾਡੀ ਨੌਜਵਾਨੀ ਅਤੇ ਗੁਰੂ ਦੀਆਂ ਗੋਲਕਾਂ ਇਹਨਾਂ ਚੋਰਾਂ ਦੇ ਹੱਥੋਂ ਇਵੇਂ ਬਰਬਾਦ ਹੁੰਦੀਆਂ ਰਹਿਣਗੀਆਂ। ਤੋੜ ਦਿੱਤੇ, ਬਣਾ ਦਿੱਤੇ, ਛੱਡ ਦਿੱਤੇ, ਢਾਹ ਦਿੱਤੇ, ਆਓ ਬੇਨਤੀ ਕਰਦਾ ਹੈ ਗੁਰਮੁਖੋ, ਕੱਲਾ ਫਕਰੇ ਕੌਮ ਹੀ ਨਹੀਂ, ਇਹ ਨਕਲੀ ਕਾਰ ਸੇਵਾ ਵਾਲੇ ਬਾਬੇ ਵੀ ਤੁਹਾਨੂੰ ਗਲੋਂ ਲਾਉਣੇ ਪੈਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਗੋਲੀ ਨੀ ਕੋਈ ਲੈ ਕੇ ਗਰੀਬ ਲੈ ਕੇ ਆ ਸਕਦਾ, ਉਦੋਂ ਵੀ ਪੈਸੇ ਦੇਣੇ ਪੈਂਦੇ, ਜਿੱਥੇ ਕੋਈ ਡੈਥ ਹੁੰਦੀ ਹੈ ਉਹ ਵੀ ਉਹਦੇ ਪੈਸੇ ਦੇ ਕੇ ਚੁੱਕਣ, ਜੇ ਕੋਈ ਗਰੀਬ ਸਾਈਕਲ ਤੇ ਜਾਂਦਾ ਉਹਨੂੰ 10 ਰੁਪਏ ਪਰਚੀ ਕਟਾਣੀ ਪੈਂਦੀ, 10 ਰੁਪਏ ਪਰਚੀ ਤੱਕ, ਜਿਹੜੀ ਪਰਚੀ ਤੱਕ ਜਿਹੜੀ ਪਰਚੀ ਪਾਉਂਦੀ ਨਹੀਂ ਪਿੱਛੋਂ।
ਪੈਰ ਧਿਆਨ ਨਾਲ ਰੱਖਿਓ ਮੁਰੇ ਹੋ ਗਏ ਰੋ ਅਜੇ 2007 ਚ ਬਣਾਇਆ ਸੀ ਧਿਆਨ ਸਰੀਏ ਪਾਪ ਹੋਣੀ ਉਧਰ ਸਰੀਏ ਆ ਇਹ ਰਾਤ ਨੂੰ ਤੋੜਿਆ ਗਿਆ ਸਰੀਆ ਦੇਖ ਲਈ ਮੋਟੇ ਸਰੀਏ ਆ ਉਹ ਹਾਂ ਉੱਥੇ ਆ ਸਰੀਏ ਉਹ ਰਾਤ ਜਿਹੜੇ ਰਾਤ ਨੂੰ ਇਹਨਾਂ ਨੇ ਕੀਤੇ ਆ ਬੜੇ ਬੜੇ ਮੋਟੇ ਸਰੀਏ ਸਾਰੇ ਇਹਨਾਂ ਨੇ ਰਾਤੀ ਢਾਏ ਆ ਸਾਰੇ ਆ ਦੇਖੋ ਕਿੱਦਾਂ ਰਾਤ ਨੂੰ ਲੱਗੇ ਰਹੇ ਆ ਸਾਰਾ ਬਦਾਨ ਮਾਰ ਮਾਰ ਕੇ ਨਹੀਂ ਨਹੀਂ ਕੋਈ ਗੱਲ ਨਹੀਂ ਰੱਖੋ ਐਂ ਉੱਤੋਂ ਵੀ ਚੱਲ ਜਾਣੀ ਜੇ
ਇਹ ਪੱਕੇ ਸਰੀਏ ਨੇ ਜੀ ਮੋਟੇ, ਜਿਹੜੇ ਹੁਣ ਇਹ ਬਾਬੇ ਕਦੀ ਨਹੀਂ ਪਾ ਸਕਦੇ। ਇਹ ਪਲੇਟਾਂ ਨੇ, ਇਹ ਮੋਟੇ ਸਰੀਏ, ਪੁਰਾਣੀ ਇਮਾਰਤ ਬਣਾਈ ਬੜੀ ਪੱਕੀ। ਭਾਜੀ ਪਿੱਛੇ 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 ਹੋ ਕੇ ਸਾਰੇ ਜਣੇ ਸਿੱਧੇ ਹੋਈਏ ਆਪਾਂ ਇਧਰੋਂ। ਚਲੋ ਮੈਂ ਕਰਦਾ ਸਾਰੇ ਆਪਾਂ ਸਾਰੇ ਵੀਰ ਆ ਜਾਣਗੇ ਨਾਲੇ ਕਵਰ ਖੁੱਲ ਗਿਆ ਪਤਾ ਲੱਗੂ ਸੰਗਤ ਚੜੀ ਉੱਪਰ। ਸਾਰੇ ਵੀਰ ਜੀ ਆਓ, ਸਾਰੇ ਵੀਰ ਜੀ ਆ ਜਾਓ, ਟੈਂਕਰ ਖੁੱਲ ਗਏ ਬਾਬਿਆਂ ਦੇ ਰਾਤੀ ਵੀ ਹੋਈ। ਹਾਂ ਹਾਂ ਅਸੀਂ ਰਾਤੀ। ਅੱਛਾ ਅੱਛਾ ਅਸੀਂ ਕੌਣ? ਹਾਂ ਇਹ ਬਰਾੜ ਸਾਹਿਬ ਆ ਜੀ, ਬੰਦੇ ਰਾਤ ਵਾਲੇ ਜੀ, ਜਿਹੜੇ ਆਹ ਮੁੰਡੇ ਰੱਖੇ ਜੀ ਇਹਨਾਂ ਦੇ ਕਮਰੇ ਹੈਗੇ ਕਰੀਬ ਇੱਥੋਂ। ਹਾਂ ਚਾਹੀਦਾ ਚਾਹੀਦਾ, ਬੜਾ ਸਾਹਿਬ ਦੱਸਦੇ ਹਾਂ ਵੀਡੀਓ ਔਨ ਕਰਕੇ ਨਾ, ਇਹਨਾਂ ਨੂੰ ਕਮਰੇ ਦਿੱਤੇ ਹੋਏ ਨਾ ਇੱਥੇ ਇਹਨਾਂ ਨੇ।
ਕਾਰ ਸੇਵਾ ਦੇ ਨਾਂ ਦੇ ਉੱਤੇ ਦੇਖ ਲਿਓ ਜੀ, ਤੁਹਾਨੂੰ ਉਹਨੇ ਕਿੰਨਾ ਦੇ ਗੁੰਡੇ ਦਿਖਾਉਂਦੇ ਆ ਜੀ। ਭਾਜੀ ਬਟਾਲਾ ਵੀਰ ਜੀ, ਵੀਰ ਜੀ ਬੇਨਤੀ ਆ ਜੀ, ਇੱਧਰ ਆਇਓ ਮਾੜਾ ਜਿਹਾ। ਇਹ ਨਾ ਅਜੇ ਵੀ ਜਿਹੜੇ ਰਾਤ ਵਾਲੇ ਨਾ ਕੁਝ ਇਹਨਾਂ ਦੇ ਬੰਦੇ ਇੱਥੇ ਕਰਿੰਦੇ ਪਏ ਆ, ਅਤੇ ਉਹਨਾਂ ਦੇ ਆਪਾਂ ਕਮਰੇ 'ਚ ਜਾਣਾ, ਵੀਡੀਓ ਲਾਈਵ ਕਰਕੇ ਜਾਣਾ ਜੀ। ਉਹ ਸਾਹਮਣੇ ਜੀ ਉੱਥੇ ਖੜ੍ਹੇ ਦੇਖੇ ਹੁਣ ਕਮਰੇ 'ਚ, ਇਹਨਾਂ ਨੇ ਇਹਨਾਂ ਨੂੰ ਕਮਰਾ ਕਮਰਾ ਦਿੱਤਾ ਹੋਊਗਾ, ਇੱਥੇ ਰਾਤ ਦੇ ਰੁਕੇ ਹੋਏ ਆ। ਮੈਂ ਜਿੱਤੇ ਨਾ ਹੋਣਾ ਜਦੋਂ ਏਸੀ ਲਾ
Thank you.